ਜਿਹੜਾ ਇਕੱਲਾ ਭਰਾ ਉਹ ਸਾਡੇ ਨਾਲ ਹੈ। ਅੱਛਾ। ਉਹ ਵਿਚਾਰਾ ਰੋ ਰਿਹਾ ਸੀ, ਮੇਰੇ ਘਰੇ ਕੋਈ ਨਹੀਂ ਆਇਆ ਕਿਉਂਕਿ ਉਸੇ ਗਲੀ 'ਚ ਘਰ ਹੈ ਸਾਹਮਣੇ ਕੋਲ। ਮੈਂ ਉਸ ਜਦੋਂ ਘਰੇ ਘਰੇ ਗਿਆ ਉਹ ਰੋਣ ਲੱਗ ਪਿਆ, ਕਹਿੰਦਾ ਮੈਨੂੰ ਵੋਟ ਵੀ ਨਹੀਂ ਪਾਉਣ ਦਿੱਤੀ ਜਾ ਰਹੀ ਕਿਉਂਕਿ ਮੇਰੇ ਬਾਈਪਾਸ ਹੋਈ ਹੈ, ਲਾਈਨ 'ਚ ਮੈਂ ਲੱਗਣਾ ਨਹੀਂ ਚਾਹੁੰਦਾ, ਪਰਚੀ ਲੈ ਕੇ ਮੈਨੂੰ ਲਾਈਨ 'ਚ ਲੱਗਣਾ ਪਊਗਾ ਅਤੇ ਮੇਰੀ ਹਾਲਤ ਨਹੀਂ ਹੈ, ਮੇਰੀ ਘਰ ਵਾਲੀ ਨੂੰ ਪੈਰਾਲਾਈਜ਼ ਹੋਇਆ। ਮੈਂ ਕਿਹਾ ਚਲੋ ਮੈਂ ਤੁਹਾਡੀ ਵੋਟ ਪਵਾ ਕੇ ਆਉਣਾ। ਇਨ ਬਿਟਵੀਨ ਇਹ ਜਿਹੜਾ ਪੱਪੀ ਪ੍ਰਸ਼ ਦਾ ਮੁੰਡਾ ਹੈ ਇਹ ਆ ਜਾਂਦਾ, ਭਾਅ ਜੀ ਚਾਹ ਪੀਓ, ਭਾਅ ਜੀ ਆਹ ਕਰੋ, ਭਾਅ ਜੀ ਬੈਠੋ, ਭਾਅ ਜੀ ਨਾਲ ਬਣਾਓ ਅਤੇ ਮੇਰੇ ਨਾਲ ਬੈਠ ਕੇ ਉੱਥੇ ਫੋਟੋਆਂ ਫਾਟੋਆਂ ਖਿਚਾ ਕੇ ਚਲਾ ਜਾਂਦਾ। ਸੋ ਮੇਰੇ ਕਹਿਣ ਦਾ ਮਤਲਬ, ਕਿੱਡੀ ਗੰਦੀ ਹੋ ਗਈ ਰਾਜਨੀਤੀ ਵੀ 30 ਦਿਨ ਹੋ ਗਏ ਮੈਨੂੰ ਚੁਣਾਵ ਲੜਦਿਆਂ ਨੂੰ। ਅਗਰ ਸਮਰਥਨ ਦੇਣਾ ਹੋਵੇ ਇਹਨਾਂ ਦਾ ਤਾਂ ਪਹਿਲੇ ਦਿਨ ਦੇਵਾਂਗੇ, 4 ਵਜੇ ਸਮਰਥਨ ਕਦੋਂ ਦੇਣਾ? ਕੁਛ ਨਹੀਂ ਜੀ, ਅਸੀਂ ਅੱਜ ਇੱਥੇ ਸ਼ਾਹਪੁਰ ਰੋਡ 'ਤੇ ਆਪਣੇ ਬੂਥ 'ਤੇ ਬਹਿ ਕੇ ਕੰਮ ਕਰ ਰਹੇ ਸੀ, ਉੱਧਰੋਂ ਰਾਜਾ ਵੜਿੰਗ ਜੀ ਦੀਆਂ ਗੱਡੀਆਂ ਆ ਗਈਆਂ ਅਤੇ ਕਹਿੰਦੇ ਚਾਹ ਦਾ ਕੱਪ ਪੀਣਾ ਅਤੇ ਅਸੀਂ ਤਾਂ ਚਲੋ ਜੀ ਆਇਆਂ ਨੂੰ ਕਹਿੰਦੇ ਕਿਉਂਕਿ ਬਾਹਰੋਂ ਆਏ ਨੇ ਨਾ ਮਹਿਮਾਨ ਨੇ, ਸਾਡੇ ਗਿੱਦੜਵਾਏ ਤੋਂ ਆਏ ਨੇ, ਚੰਡੀਗੜ੍ਹ ਰਹਿੰਦੇ ਨੇ ਤਾਂ ਕਰਕੇ ਕਹਿੰਦੇ ਚਾਹ ਪੀਣੀ ਆ। ਮੈਂ ਕਿਹਾ ਆ ਜਾਓ ਚਾਹ ਪੀ ਲਈਏ। ਉੱਥੇ ਜਾ ਕੇ ਉਹਨਾਂ ਨੇ ਸਾਨੂੰ ਆਪਣੀਆਂ ਪ੍ਰੋਬਲਮਸ ਦੱਸੀਆਂ, ਕਹਿੰਦੇ ਯਾਰ ਮੈਨੂੰ ਇੱਥੇ ਮਹੀਨਾ ਹੋ ਗਿਆ ਕੰਪੇਨ ਕਰਦੇ ਨੂੰ, ਨਾ ਤਾਂ ਕਿਤੇ ਚਾਹ ਦੀ ਚਾਹ ਪਿਲਾਈ ਹੈ ਕਿਸੇ ਕਾਂਗਰਸੀਏ ਨੇ, ਨਾ ਕੋਈ ਆਮ ਬੰਦਾ ਪਿਲਾ ਰਿਹਾ, ਤੁਸੀਂ ਵਧੀਆ ਚਾਹ ਪਿਲਾ ਦਿਓ। ਨਾਲੇ ਜਿਹੜਾ ਹੁਣ ਅਗਲੇ 6 ਘੰਟੇ ਨੇ ਮੇਰਾ ਪੱਪੀ ਜੀ ਨਾਲ ਸਮਰਥਨ ਹੈ ਕਿਉਂਕਿ ਮੈਂ ਬਾਹਰਲਾ ਆਗੂ ਹਾਂ, ਮੈਨੂੰ ਲੁਧਿਆਣੇ ਬਾਰੇ ਕੁਛ ਨਹੀਂ ਪਤਾ ਅਤੇ ਮੈਨੂੰ ਇਹ ਵੀ ਪਤਾ ਕਿ ਜੋ ਸੇਵਾ ਲੁਧਿਆਣੇ ਦੀ ਪੱਪੀ ਜੀ ਕਰ ਸਕਦੇ ਹੋ ਮੇਰੇ ਤੋਂ ਨਹੀਂ ਹੋਣੀ, ਇਸ ਕਰਕੇ ਇੱਕ ਤਰ੍ਹਾਂ ਦਾ ਸਮਰਥਨ ਦੇ ਗਏ ਹੋ ਤੁਸੀਂ, ਆਪ ਦੇਖ ਸਕਦੇ ਹੋ ਆਪ ਚੱਲ ਕੇ ਆਏ ਨੇ ਅੱਜ। ਜਿਹੜਾ ਇਕੱਲਾ ਭਰਾ ਉਹ ਸਾਡੇ ਨਾਲ ਹੈ, ਉਹ ਵਿਚਾਰਾ ਰੋ ਰਿਹਾ ਸੀ, ਮੇਰੇ ਘਰੇ ਕੋਈ ਨਹੀਂ ਆਇਆ ਕਿਉਂਕਿ ਉਸੇ ਗਲੀ 'ਚ ਘਰ ਹੈ ਸਾਹਮਣੇ ਕੋਲ। ਮੈਂ ਉਸ ਜਦੋਂ ਘਰੇ ਘਰੇ ਗਿਆ ਉਹ ਰੋਣ ਲੱਗ ਪਿਆ, ਕਹਿੰਦਾ ਮੈਨੂੰ ਵੋਟ ਵੀ ਨਹੀਂ ਪਾਉਣ ਦਿੱਤੀ ਜਾ ਰਹੀ ਕਿਉਂਕਿ ਮੇਰੇ ਬਾਈਪਾਸ ਹੋਈ ਹੈ, ਲਾਈਨ 'ਚ ਮੈਂ ਲੱਗਣਾ ਨਹੀਂ ਚਾਹੁੰਦਾ, ਪਰਚੀ ਲੈ ਕੇ ਮੈਨੂੰ ਲਾਈਨ 'ਚ ਲੱਗਣਾ ਪਊਗਾ ਅਤੇ ਮੇਰੀ ਹਾਲਤ ਨਹੀਂ ਹੈ, ਮੇਰੀ ਘਰ ਵਾਲੀ ਨੂੰ ਪੈਰਾਲਾਈਜ਼ ਹੋਇਆ। ਮੈਂ ਕਿਹਾ ਚਲੋ ਮੈਂ ਤੁਹਾਡੀ ਵੋਟ ਪਵਾ ਕੇ ਆਉਣਾ। ਇਨ ਬਿਟਵੀਨ ਇਹ ਜਿਹੜਾ ਪੱਪੀ ਪ੍ਰਸ਼ ਦਾ ਮੁੰਡਾ ਹੈ ਇਹ ਆ ਜਾਂਦਾ, ਭਾਅ ਜੀ ਚਾਹ ਪੀਓ, ਭਾਅ ਜੀ ਆਹ ਕਰੋ, ਭਾਅ ਜੀ ਬੈਠੋ, ਭਾਅ ਜੀ ਨਾਲ ਬਣਾਓ ਅਤੇ ਮੇਰੇ ਨਾਲ ਬੈਠ ਕੇ ਉੱਥੇ ਫੋਟੋਆਂ ਫਾਟੋਆਂ ਖਿਚਾ ਕੇ ਚਲਾ ਜਾਂਦਾ। ਸੋ ਮੇਰੇ ਕਹਿਣ ਦਾ ਮਤਲਬ, ਕਿੱਡੀ ਗੰਦੀ ਹੋ ਗਈ ਰਾਜਨੀਤੀ ਵੀ 30 ਦਿਨ ਹੋ ਗਏ ਮੈਨੂੰ ਚੁਣਾਵ ਲੜਦਿਆਂ ਨੂੰ। ਅਗਰ ਸਮਰਥਨ ਦੇਣਾ ਹੋਵੇ ਇਹਨਾਂ ਦਾ ਤਾਂ ਪਹਿਲੇ ਦਿਨ ਦੇਵਾਂਗੇ, 4 ਵਜੇ ਸਮਰਥਨ ਕਦੋਂ ਦੇਣਾ? ਕੁਛ ਨਹੀਂ ਜੀ, ਅਸੀਂ ਅੱਜ ਇੱਥੇ ਸ਼ਾਹਪੁਰ ਰੋਡ 'ਤੇ ਆਪਣੇ ਬੂਥ 'ਤੇ ਬਹਿ ਕੇ ਕੰਮ ਕਰ ਰਹੇ ਸੀ, ਉੱਧਰੋਂ ਰਾਜਾ ਵੜਿੰਗ ਜੀ ਦੀਆਂ ਗੱਡੀਆਂ ਆ ਗਈਆਂ ਅਤੇ ਕਹਿੰਦੇ ਚਾਹ ਦਾ ਕੱਪ ਪੀਣਾ ਅਤੇ ਅਸੀਂ ਤਾਂ ਚਲੋ ਜੀ ਆਇਆਂ ਨੂੰ ਕਹਿੰਦੇ ਕਿਉਂਕਿ ਬਾਹਰੋਂ ਆਏ ਨੇ ਨਾ ਮਹਿਮਾਨ ਨੇ, ਸਾਡੇ ਗਿੱਦੜਵਾਏ ਤੋਂ ਆਏ ਨੇ, ਚੰਡੀਗੜ੍ਹ ਰਹਿੰਦੇ ਨੇ ਤਾਂ ਕਰਕੇ ਕਹਿੰਦੇ ਚਾਹ ਪੀਣੀ ਆ। ਮੈਂ ਕਿਹਾ ਆ ਜਾਓ ਚਾਹ ਪੀ ਲਈਏ। ਉੱਥੇ ਜਾ ਕੇ ਉਹਨਾਂ ਨੇ ਸਾਨੂੰ ਆਪਣੀਆਂ ਪ੍ਰੋਬਲਮਸ ਦੱਸੀਆਂ, ਕਹਿੰਦੇ ਯਾਰ ਮੈਨੂੰ ਇੱਥੇ ਮਹੀਨਾ ਹੋ ਗਿਆ ਕੰਪੇਨ ਕਰਦੇ ਨੂੰ, ਨਾ ਤਾਂ ਕਿਤੇ ਚਾਹ ਦੀ ਚਾਹ ਪਿਲਾਈ ਹੈ ਕਿਸੇ ਕਾਂਗਰਸੀਏ ਨੇ, ਨਾ ਕੋਈ ਆਮ ਬੰਦਾ ਪਿਲਾ ਰਿਹਾ, ਤੁਸੀਂ ਵਧੀਆ ਚਾਹ ਪਿਲਾ ਦਿਓ। ਨਾਲੇ ਜਿਹੜਾ ਹੁਣ ਅਗਲੇ 6 ਘੰਟੇ ਨੇ ਮੇਰਾ ਪੱਪੀ ਜੀ ਨਾਲ ਸਮਰਥਨ ਹੈ ਕਿਉਂਕਿ ਮੈਂ ਬਾਹਰਲਾ ਆਗੂ ਹਾਂ, ਮੈਨੂੰ ਲੁਧਿਆਣੇ ਬਾਰੇ ਕੁਛ ਨਹੀਂ ਪਤਾ ਅਤੇ ਮੈਨੂੰ ਇਹ ਵੀ ਪਤਾ ਕਿ ਜੋ ਸੇਵਾ ਲੁਧਿਆਣੇ ਦੀ ਪੱਪੀ ਜੀ ਕਰ ਸਕਦੇ ਹੋ ਮੇਰੇ ਤੋਂ ਨਹੀਂ ਹੋਣੀ, ਇਸ ਕਰਕੇ ਇੱਕ ਤਰ੍ਹਾਂ ਦਾ ਸਮਰਥਨ ਦੇ ਗਏ ਹੋ, ਤੁਸੀਂ ਆਪ ਦੇਖ ਸਕਦੇ ਹੋ ਆਪ ਚੱਲ ਕੇ ਆਏ ਨੇ ਅੱਜ।